अजकल जमाने दी या दुनिया दी एक बहुत वड्डी दिक्कत है कि हर बंदा कहिंदा मेरे को टाइम नहीं है, जिहड़ा भी काम करना बस एक मिनट दे विच हो जावे, मैं चुटकी वजावां ते ओह काम हो जावे। पर जे आपां एग्जाम्पल लैंदे आं, आपां एक दुध नूं बॉयल करदे आं 1 या 2 लीटर नूं, उहने जिन्ना टाइम लैणा उन्ना टाइम ही लै के उहने बॉयल होणा, जिंदे तीकर ओह अपने बॉयलिंग पॉइंट तक नहीं पहुंचेगा बॉयल नहीं होएगा। ਭਾਵੇਂ ਆਪਾਂ ਉਹਦੇ ਕੋਲ ਖੜੇ ਰਹਿੰਦੇ ਹਾਂ ਨਾ, ਆਪਣੇ ਦਿਮਾਗ ਦੇ ਵਿੱਚ ਬਹਿ ਜਾਂਦਾ ਕਿ ਉੱਬਲ ਨਹੀਂ ਰਿਹਾ ਉੱਬਲ ਨਹੀਂ ਰਿਹਾ ਉੱਬਲ ਨਹੀਂ ਰਿਹਾ, ਪਰ ਜਦੋਂ ਆਪਣਾ ਮਾਈਂਡ ਕਿਸੇ ਦੂਜੇ ਪਾਸੇ ਲੱਗ ਜਾਂਦਾ ਤੇ ਆਪਾਂ ਨੂੰ ਲੱਗਦਾ ਕਿ 1 ਮਿੰਟ ਦੇ ਵਿੱਚ ਉੱਬਲ ਗਿਆ। ਨਹੀਂ, ਦੁੱਧ ਨੂੰ ਉੱਬਲਦਿਆਂ ਉਨਾ ਹੀ ਟਾਈਮ ਲੱਗਿਆ। ਇਸੇ ਤਰ੍ਹਾਂ ਜੇ ਕੋਈ ਵੀ ਤੁਸੀਂ ਕੰਮ ਕਰਨਾ ਉਹਨੂੰ ਉਨਾ ਹੀ ਟਾਈਮ ਲੱਗਣਾ ਤੇ ਤੁਸੀਂ ਕਾਹਲ ਨਾ ਕਰੋ। ਜਿਵੇਂ ਕੋਈ ਬੰਦਾ ਵੇਟ ਲੋਸ ਸਟਾਰਟ ਕਰਦਾ ਜਾਂ ਆਪਣੀ ਬਾਡੀ ਬਿਲਡਿੰਗ ਸਟਾਰਟ ਕਰਦਾ ਜਾਂ ਆਪਣੀ ਲਾਈਫ ਦੇ ਵਿੱਚ ਕੋਈ ਕੰਮ ਸਟਾਰਟ ਕਰਦਾ ਕਿ ਮੈਂ ਕੰਮ ਕਰਨਾ, ਪਰ ਉਹਨੂੰ ਕਾਹਲ ਹੁੰਦੀ ਆ ਕਿ ਕਿਉਂ ਨਹੀਂ ਹੋ ਰਿਹਾ, ਮੇਰੀ ਬੋਡੀ ਨਹੀਂ ਬਣ ਰਹੀ, ਮੇਰਾ ਭਾਰ ਨਹੀਂ ਘਟ ਰਿਹਾ, ਮੈਂ ਇਹ ਜੋ ਕੰਮ ਸ਼ੁਰੂ ਕੀਤਾ ਸੀ ਇਹ ਨਹੀਂ ਹੋ ਰਿਹਾ। ਹਰ ਬੰਦੇ ਦੀ ਐਬਿਲਿਟੀ ਅਲੱਗ ਅਲੱਗ ਹੁੰਦੀ ਆ, ਇਸ ਕਰਕੇ ਹਰ ਨੂੰ ਅਲੱਗ ਅਲੱਗ ਤਰੀਕੇ ਨਾਲ ਟਾਈਮ ਲੱਗਦਾ ਤੇ ਉਹ ਟਾਈਮ ਲੱਗਣਾ ਹੀ ਆ। ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਉਹਨੂੰ ਕਦੇ ਵੀ ਵਿੱਚ ਨਾ ਛੱਡੋ ਡੀਮੋਟੀਵੇਟ ਹੋ ਕੇ। ਸਪੋਜ਼ ਆਪਾਂ ਦਿੱਲੀ ਜਾ ਰਹੇ ਹਾਂ, ਦੁਰਾਹੇ ਤੱਕ ਆਪਾਂ ਨੂੰ ਟਾਈਮ ਲੱਗ ਗਿਆ, ਲੁਧਿਆਣੇ ਤੋਂ ਦਿੱਲੀ ਤੁਰੇ ਹਾਂ, ਠੀਕ ਹੈ, ਦੁਰਾਹੇ ਆਪਾਂ ਨੂੰ ਜਾਮ ਮਿਲ ਗਿਆ, ਆਪਾਂ ਵਿੱਚ ਵਿਚਾਲੇ ਥੋੜ੍ਹੀ ਛੱਡਾਂਗੇ, ਆਪਾਂ ਦਿੱਲੀ ਪਹੁੰਚਾਂਗੇ, ਕਿਉਂਕਿ ਆਪਾਂ ਨੂੰ ਰਸਤਾ ਵੀ ਪਤਾ ਤੇ ਆਪਾਂ ਨੂੰ ਇਹ ਵੀ ਪਤਾ ਕਿ ਆਪਾਂ ਉੱਥੇ ਜਾਣਾ। ਇਸ ਕਰਕੇ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਵੀ ਕੰਮ ਸਟਾਰਟ ਕਰਦੇ ਉਹਨੂੰ ਵਿੱਚ ਵਿਚਾਲੇ ਨਾ ਛੱਡੋ, ਉਸ ਗੋਲ ਨੂੰ ਅਚੀਵ ਕਰੋ, ਕਿਉਂਕਿ ਹਰ ਗੋਲ ਨੂੰ ਅਚੀਵ ਕਰਦਿਆਂ ਟਾਈਮ ਲੱਗਣਾ। ਹਰ ਵਾਰ ਇਹ ਨਾ ਸੋਚੋ ਕਿ ਆਪਣੇ ਕੋਲ ਟਾਈਮ ਨਹੀਂ ਹੈ, ਹਰ ਚੀਜ਼ ਨੂੰ ਟਾਈਮ ਲੱਗਦਾ ਤੇ ਹਰ ਚੀਜ਼ ਨੂੰ ਟਾਈਮ ਦੇਣਾ ਹੀ ਪੈਣਾ, ਬਿਨਾਂ ਟਾਈਮ ਦਿੱਤੇ ਕੋਈ ਗੱਲ ਨਹੀਂ ਬਣਦੀ। ਇਸ ਕਰਕੇ ਇੱਕ ਸਿੰਪਲ ਜਿਹੀ ਐਗਜ਼ਾਮਪਲ ਦਿੱਤੀ ਸੀ ਕਿ ਦੁੱਧ ਨੂੰ ਵੀ ਜਿੰਨਾ ਟਾਈਮ ਲੱਗਣਾ ਉਬਲਣ 'ਚ ਉਨਾ ਹੀ ਲੱਗਣਾ। ਇਸ ਕਰਕੇ ਜੋ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਸਟਾਰਟ ਕੀਤਾ, ਜਿਹੜਾ ਵੀ ਤੁਸੀਂ ਆਪਣਾ ਕੰਮ ਸੋਚਿਆ, ਉਹਨੂੰ ਬਿਨਾਂ ਪੂਰਾ ਕੀਤੇ ਰੁਕੋ ਨਾ, ਇਸ ਕਰਕੇ ਉਹ ਤਾਂ ਹੀ ਪੂਰਾ ਹੋਏਗਾ ਜੇ ਤੁਸੀਂ ਨਹੀਂ ਰੁਕੋਗੇ।